अल्लाह वाला फतह जड़े हिंदू जहन्नुम चढ़िए इन्हें भी सोच कि जहन्नुम बावरी में चढ़ता है या वो सुना दी पॉइंट पकड़ लिया एक कुत्ते भी इन्होंने सटे थे अपना काफी इन्होंने चौकी इन्होंने आधे ग्रुप पिता पलट कर दिए ते हो जे ये अलावा भाई कोर्ट का फैसला मुस्लिमों ने क्या कचाई ना तो मतलब पक्का गारंटी देके दिया था ना कि कत्तवर एरिया चे तंत्री मुसलमान कुड़िया ने शरून का हिंदू जने छड़ देंगे पर फिर पाकिस्तान के मुसलमान कुड़िया ने लाहौर च मुल्तान च कराची च पेशावर च उन्होंने बुंड जरूर उठी जानी थी वैसे तो अभी उन्होंने बुंड कुटी जा रही है ते साढ़े तीर बना दिया फतियां मारने जा रही ने पर फिर भी जरे चार बहन मिल रही सू भी बंद हो जानी थी एक इंग्लान बड़ा तकड़ा सी कहते कोर्ट च तो यह बाहर भी जरूर सी कि मुसलमानों के हक च फैसला हो जाए ताकि ਜਿਹੜੇ ਇੰਡੀਆ ਦੇ ਜਰਨਲਿਸਟ ਨੇ ਹਿੰਦੂ ਉਹਨਾਂ ਨੂੰ ਮੌਕਾ ਮਿਲ ਜਾਏ ਕਿ ਉਹ ਕਰਾਚੀ ਲਾਹੌਰ ਮੁਲਤਾਨ ਦੀਆਂ ਜਿਹੜੀਆਂ ਕੁੜੀਆਂ ਦੀਆਂ ਫਤੀਆਂ ਮਾਰਤੇ ਨੇ ਤੇ ਜਿਹੜੇ ਕਸ਼ਮੀਰ ਤੋਂ ਸੀ ਨਾ ਕਹਾ ਕਿ ਇੱਥੇ ਪਾਕਿਸਤਾਨ ਦੇ ਮਦਰਸਿਆਂ ਦੇ ਮੁੱਠ ਮਾਰਦੇ ਨੇ ਤੇ ਪਾਕਿਸਤਾਨੀ ਕੁੜੀਆਂ ਨੂੰ ਚੁਣਦੇ ਨੇ ਤੇ ਉਹਦੇ ਵਰਗੇ ਥੋੜੇ ਬਹੁਤ ਪੈਸੇ ਦਿੰਦੇ ਨੇ ਇਹਨਾਂ ਦੀ ਸੋਚ ਸੀ ਵੀ ਜਦੋਂ ਇਹ ਫੈਸਲਾ ਮੁਸਲਮਾਨਾਂ ਦੇ ਹੱਕ 'ਚ ਆ ਗਿਆ ਫਿਰ ਅਸੀਂ ਉਹ ਪੈਸੇ ਨਹੀਂ ਦੇਣੇ ਤੇ ਸਿੱਧਾ ਹੀ ਫ੍ਰੀ ਦੇ ਵਿੱਚ ਪਾਕਿਸਤਾਨੀ ਕੁੜੀਆਂ ਦੀ ਗਾਂਠ ਮਾਰਾਂਗੇ ਇਹਦਾ ਸ਼ੁਕਰ ਆ ਕੋਰਟ ਦਾ ਕਿ ਉਹਨੇ ਮੁਸਲਮਾਨਾਂ ਦੇ ਹੱਕ ਚ ਫੈਸਲਾ ਨਹੀਂ ਦਿੱਤਾ ਨਹੀਂ ਤਾਂ ਸਾਡੀ ਜਿਹੜੀ ਕਾਂਡ ਫੜਦੀ ਪਈ ਆ ਕਿਉਂਕਿ ਕਾਂਡ ਫੱਟਣ ਦੇ ਕਰਕੇ ਜਿਹੜੇ ਦੋ ਚਾਰ ਰੁਪਏ ਮਿਲਦੇ ਪਏ ਨੇ ਸਗੋਂ ਉਹ ਵੀ ਜਿੰਮੇ ਲਏ ਇਹਨਾਂ ਨੇ ਚੰਗੀ ਤਰ੍ਹਾਂ ਮੁਸਲਮਾਨ ਕੁੜੀਆਂ ਵੀ ਇੱਥੇ ਫੱਦੂ ਮਾਰੇ ਸੀ ਲਾਹੌਰ ਚ ਵੀ ਮੁਲਤਾਨ ਚ ਵੀ ਬਾਕੀ ਜਿਹੜਾ ਬਾਬਰੀ ਮਾਚੇ ਦਾ ਇਸ਼ੂ ਸੀਗਾ ਇਹ ਇਸ਼ੂ ਇੱਦਾਂ ਸੀਗਾ ਕਿ ਬਾਬਰ ਸੀਗਾ ਜਿਹੜਾ ਜਦੋਂ ਅਸੀਂ ਬਾਬਰ ਇੱਥੇ ਆਇਆ ਤਾਂ ਬਾਬਰ ਨੇ ਮਾਚੇ ਬਣਾਈ ਤਾਂ ਜਿਹੜੇ ਹਿੰਦੂ ਜਨਰੇਟ ਚ ਉਹਨਾਂ ਨੇ ਬਾਬਰ ਦੀ ਚੰਗੀ ਮੁੰਡ ਉੱਤੇ ਬਾਬਰ ਨੂੰ ਮੁੜ ਗਿਆ ਭੈਣ ਕਲੋੜਾ ਤੇ ਚੰਗੀ ਭੈਣ ਦਾ ਫੁੱਦੀਆਂ ਜ਼ਰੂਰ ਪੜਵਾ ਗਿਆ ਤੇ ਹਿੰਦੂ ਜਨਰੇਟਾਂ ਨੇ ਫਿਰ ਬੰਨ ਵਿੱਚ ਨਜ਼ਰ ਢਾਤੀ ਤੇ ਉਤੋਂ ਬਾਅਦ ਪਾਕਿਸਤਾਨ ਦੇ ਲਾਹੌਰ ਕਰਾਚੀ ਦੇ ਮਦਰਸਿਆਂ ਚੋਂ ਵੜ ਕੇ ਤੇ ਜਿਹੜੀ ਪਾਕਿਸਤਾਨ ਦੀਆਂ ਕੁੜੀਆਂ ਫੁੱਦੀ ਚੁੰਗਲ ਦੇ ਕੇ ਆਪਣੀ ਨਮਾਜ਼ ਪੜ੍ਹਦੀਆਂ ਹੁੰਦੀਆਂ ਸੀ ਉਹਨਾਂ ਸਾਰੀਆਂ ਮੀਆਂ ਫੁੱਦੀਆਂ ਲੇਟ ਖਟਕਾ ਕੇ ਮਰੀਆਂ ਮੇਰੀ ਕੁੜੀ ਫਾਤਿਮਾ ਨੂੰ ਦੀ ਖੁਦ ਕਸ਼ਮੀਰ ਚੁੰਡੀ ਨੂੰ ਚੁੱਕੇ ਮਾਰ ਕੇ ਰਹੀ ਗਿਆ ਲੇਕਿਨ ਆਰਮੀ ਵਾਲੇ ਕਹਿੰਦੇ ਸੀ ਕਿ ਉਹ ਬਾਬਰੀ ਮਾਚੇ ਦਾ ਫੈਸਲਾ ਤੁਹਾਡੇ ਮੁਸਲਮਾਨਾਂ ਦੇ ਹੱਕ ਚ ਆ ਗਿਆ ਤਾਂ ਫਾਤਿਮਾ ਤੋਂ ਛੋਟੇ ਜਾਨਾਂ ਦੀ ਚੁੱਕ ਨਹੀਂ ਮਰਿਆ ਕਰ ਰਹੇ ਹਾਂ ਮੇਰੀ ਕੁੜੀ ਨੂੰ ਮੇਰੇ ਡਰ ਕੇ ਆਪਣੀ ਚੱਬਾ ਰਹਿਣਾ ਹੋਵੇ ਕਿ ਬਾਬਰੀ ਮਾਚੀ ਦਾ ਫੈਸਲਾ ਮੁਸਲਮਾਨਾਂ ਦੇ ਹੱਕ ਚ ਆ ਜਾਵੇ ਤੇ ਮੈਨੂੰ ਫਿਰ ਅੱਲਾਹ ਦੇ ਅੱਗੇ ਕੋਟਾ ਹੋ ਕੇ ਆਪਣੀ ਮੁੰਡੇ ਨਾਲ ਕਰਕੇ ਨਮਾਜ਼ ਕੀਤੀ ਕਿ ਅੱਲਾਹ ਤੂੰ ਹੀ ਨਾ ਤੁਹਾਡਾ ਪੱਕਾ ਗੱਲਾ ਤੇ ਜਿਹੜਾ ਬਾਬਰੀ ਮਾਚੀ ਦਾ ਫੈਸਲਾ ਸਾਡੇ ਹੱਕ ਚ ਨਾ ਆ ਕੇ ਤੇ ਇਹ ਫੈਸਲਾ ਹਾਰ ਗਈਏ ਤੇ ਲਾਉਂਦੇ ਅੱਲਾਹ ਨੇ ਮੇਰੀ ਗੱਲ ਸੁਣ ਲਈ ਤਾਂ ਹੀ ਬਚ ਗਏ।